ਕਿਤੇ ਘੋਲ ਪੰਜਾਬੀਆਂ ਦੇ ਇਹ ਮਹਿਬੂਬ ਖੇਡਾ ਕੁਸ਼ਤੀ ਪੰਜਾਬ ਦੀ ਜਿੱਥੇ ਕਿਤੇ 6 ਤਰੀਕ ਨੂੰ ਰਲ ਮਿਲ ਕੇ ਭਰਾਵਾਂ ਨੇ ਵੱਡਾ ਇੱਥੇ ਇਸੇ ਧਰਤੀ ਦੇ ਕਬੱਡੀ ਕੱਪ ਦੀ ਗੱਲ ਕੀਤੀ ਹੈ ਪਰ ਅੱਜ ਕਹਿੰਦੇ ਗੁਰੂ ਪਹਿਲਵਾਨ ਹੁੰਦਾ ਰਵੀ ਹੋਰਾਂ ਦਾ ਦੰਗਲ ਹੈ ਬਾਪੂ ਸ਼ੇਰ ਸਿੰਘ ਜੀ ਪ੍ਰਧਾਨ ਹੋਰਾਂ ਦਾ ਦੰਗਲ ਹੈ ਮੈਦਾਨ ਵਿੱਚ ਚੱਲਦੀ ਹੋਈ ਕੁਸ਼ਤੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਟੱਕਰ ਮੈਦਾਨ ਦੇ ਵਿੱਚ ਹੈ 7 ਮਿੰਟ ਦਾ ਸਮਾਂ ਹੌਲੀ ਹੌਲੀ ਖਿਸਕਦਾ ਹੋਇਆ 4 ਮਿੰਟ ਦਾ ਸਮਾਂ ਜਿਹੜਾ ਕੁਸ਼ਤੀ ਦਾ ਹੋਣਾ ਹੈ ਉਹ ਪੁਆਇੰਟਾਂ ਤੇ ਹੋਣਾ ਕਿੰਨਾ ਸਮਾਂ ਹੋ ਗਿਆ 7 ਮਿੰਟ 7 ਮਿੰਟ 7 ਮਿੰਟ ਬੀਤ ਗਏ ਨੇ 4 ਮਿੰਟ ਪੁਆਇੰਟਾਂ ਦੇ ਨੇ ਸਤਨਾਮ ਸਾਹਿਬ ਇੱਕ ਵਾਰੀ ਆਵਾਜ਼ ਜਿਹੜੀ ਮੈਗ ਦੀ ਖੋਲਦੀ ਹੈਲੋ ਪਹਿਲਵਾਨ ਨੋਟ ਕਰ ਲਿਓ ਅਗਲੀ ਜਿਹੜੀ ਕੁਸ਼ਤੀ ਹੈ ਪਹਿਲਵਾਨ ਧਿਆਨ ਦੇਣ ਰਵੀਰ ਜੀ 1 ਮਿੰਟ ਅਬਦੁਲ ਹਵਾਬ ਤੇ ਬਿੱਲਾ ਨੋਟ ਕਰ ਲਿਓ ਅਗਰ ਕਿਸੇ ਪਹਿਲਵਾਨ ਦਾ ਸਰਕਲ ਤੋਂ ਬਾਹਰ ਪੈਰ ਜਾਂਦਾ ਤਾਂ ਉਹਦੇ ਅਗੇਂਸਟ 1 ਪੁਆਇੰਟ ਦਿੱਤਾ ਜਾਣਾ ਹੈ ਅਗਰ ਪਹਿਲਵਾਨ ਪੂਰੀ ਪਕੜ ਪੂਰਾ ਹੋਲਡ ਬਣਾ ਲੈਂਦਾ ਨੀਚੇ ਬਣਾ ਲੈਂਦਾ ਤਾਂ 2 ਪੁਆਇੰਟ ਦਿੱਤੇ ਜਾਣੇ ਹੈ ਅਗਰ ਡੇਂਜਰ ਦੇ ਵਿੱਚ ਗਿਰਦਾ ਤਾਂ 4 ਪੁਆਇੰਟ ਦਿੱਤੇ ਜਾਣੇ ਪਾਕਿਸਤਾਨ ਵਾਲਾ ਪਹਿਲਵਾਨ ਤੇ ਬਿੱਲਾ ਪਹਿਲਵਾਨ ਦੋਨੋਂ ਨੋਟ ਕਰ ਲਿਓ ਬਾਅਦ ਦੇ ਵਿੱਚ ਕੋਈ ਵੀ ਪਹਿਲਵਾਨ ਰੌਲਾ ਨਾ ਪਾਵੇ ਕਿ ਮੇਰੇ ਨਾਲ ਧੱਕਾ ਹੋਇਆ ਜਾਂ ਕੋਈ ਕੁਛ ਹੋਇਆ ਸਾਡੇ ਵੱਲੋਂ ਸਾਰਾ ਫੈਸਲਾ ਨਿਰਪੱਖ ਕੀਤਾ ਜਾਣਾ ਭਾਵੇਂ ਕੋਈ ਪਾਕਿਸਤਾਨ ਦਾ ਭਾਵੇਂ ਹਿੰਦੁਸਤਾਨ ਦਾ ਸਾਰਿਆਂ ਲਈ ਰੂਲ ਜਿਹੜੇ 1 ਹੋਣਗੇ ਜਿਹੜੇ ਵੀ ਪਹਿਲਵਾਨ ਦਾ ਸਰਕਲ ਤੋਂ ਬਾਹਰ ਪੈਰ ਚਲੇ ਗਿਆ ਉਹਦੇ ਅਗੇਂਸਟ 1 ਪੁਆਇੰਟ ਦਿੱਤਾ ਜਾਣਾ ਹੈ ਅਗਰ ਪਹਿਲਵਾਨ ਫੜ ਲੈਂਦਾ ਤਾਂ 2 ਪੁਆਇੰਟ ਅਗਰ ਡੇਂਜਰ ਦੇ ਵਿੱਚ ਗਿਰਦਾ ਤਾਂ 4 ਪੁਆਇੰਟ ਦਿੱਤੇ ਜਾਣੇ ਆ ਕਿ ਮਿੱਟੀ ਦੇ ਵਿੱਚ ਭਰਨ ਦਾ ਜਾਂ ਕੋਈ ਪੁਆਇੰਟ ਨਹੀਂ ਦਿੱਤਾ ਜਾਣਾ ਦੋਨੋਂ ਪਹਿਲਵਾਨ ਨੋਟ ਕਰ ਲਿਓ ਜੀ ਧਰਮਦਾਜੀ ਜਿਹੜਾ ਨਹੀਂ ਮਾਰ ਸਕਦੇ ਇਸ ਗੱਲ ਦਾ ਧਿਆਨ ਰੱਖਿਓ ਬਾਕੀ ਜਿਹੜੀ ਕੁਸ਼ਤੀਆਂ ਗੱਦੇ ਦੇ ਹਿਸਾਬ ਨਾਲ ਹੋਣੀਆਂ ਗੱਦੇ ਵਾਲੇ ਜਿਹੜੇ ਰੂਲ ਹੋਣਗੇ ਪੁਆਇੰਟਾਂ ਦੇ ਹਿਸਾਬ ਤੇ ਕੁਸ਼ਤੀ ਹੋਣੀ ਧਿਆਨ ਦਿਓ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਰਦਾਰ ਸਾਹਿਬ ਸਿੰਘ ਜੀ ਬਡਾਲੀ ਜੋ ਕਿ ਸਪੁੱਤਰ ਨੇ ਜਥੇਦਾਰ ਜਾਗਰ ਸਿੰਘ ਬਡਾਲੀ ਉਹਨਾਂ ਦੇ ਉਹ ਚੇਚੇ ਤੌਰ ਤੇ ਸਰਦਰਮੈਨ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਦਾ ਅੱਜ ਦੇ ਇਸ ਦੰਗਲ ਦੇ ਵਿੱਚ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਜੀਆਂ ਨੂੰ ਆਖਦੇ ਹਾਂ ਉਧਰ ਸਰਦਾਰ ਕਾਕਾ ਸਿੰਘ ਜੀ ਸਰਪੰਚ ਸ਼ਿੰਗਾਰੀਆ ਤੋਂ ਸਾਗਰ ਸਾਡਾ ਵੀਰ ਪੜਾਓ ਤੋਂ ਉਹ ਵੀ ਉਚੇਚੇ ਤੌਰ ਤੇ ਸਰਦਰਮੈਨ ਪਹੁੰਚੇ ਨੇ ਅਸੀਂ ਸਰਦਾਰ ਕਾਕਾ ਸਿੰਘ ਜੀ ਸਾਬਕਾ ਸਰਪੰਚ ਪਿੰਡ ਸ਼ਿੰਗਾਰੀਆ ਉਧਰ ਸਾਗਰ ਸਿੰਘ ਜੀ ਪੜਾਓ ਉਹਨਾਂ ਦਾ ਵੀ ਅੱਜ ਦੇ ਇਸ ਦੰਗਲ ਦੇ ਵਿੱਚ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਉਧਰ ਪੁਆਇੰਟਾਂ ਦੇ ਆਧਾਰ ਤੇ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ ਇਧਰ ਸਰਦਾਰ ਸਾਹਿਬ ਸਿੰਘ ਜੀ ਬਡਾਲੀ ਜੋ ਕਿ ਉਚੇਚੇ ਤੌਰ ਤੇ ਅੱਜ ਦੇ ਇਸ ਦੰਗਲ ਦੇ ਮੁੱਖ ਮਹਿਮਾਨ ਨੇ ਉਹ ਸਾਡੇ ਦਰਮਿਆਨ ਪਹੁੰਚ ਰਹੇ ਨੇ ਲਓ ਇੱਕ ਵਾਰ ਤਾੜੀਆਂ ਲਾ ਦਿਓ ਕੁਸ਼ਤੀ ਕਹਿੰਦੇ ਪੁਆਇੰਟਾਂ ਤੇ ਸ਼ੁਰੂ ਹੋ ਗਈ ਹੈ ਪਾਕਿਸਤਾਨ ਤੇ ਪੰਜਾਬ ਹਿੰਦੁਸਤਾਨ ਦੀ ਗੱਲ ਹੋਈ ਹੈ ਨਹੀਂ ਸਾਦਰ ਸਰਦਾਰ ਸਾਹਿਬ ਸਿੰਘ ਜੀ ਬਡਾਲੀ ਉਹ ਵੀ ਉਚੇਚੇ ਤੌਰ ਤੇ ਪੁੱਜੇ ਨੇ ਲਓ ਮੈਦਾਨ ਵਿੱਚ ਉੜਦੀ ਹੋਈ ਮਾਂ ਮਿੱਟੀ ਦੀ ਧੂੜ ਦੋਤੀ ਚੌਂਤਾਂ ਤੇ ਜੇ ਚੰਡੀਗੜ੍ਹ ਜੱਟਾਂ ਚੰਡੀਗੜ੍ਹ ਜੱਸਾ ਬਾੜਵਾਲ ਤਿਆਰ ਹੈਗੇ ਅਗਲੀ ਕੁੱਤਿਆਂ ਲਈ ਪਰ ਮੈਦਾਨ ਚ ਬਿੱਲਾ ਅੰਮ੍ਰਿਤਸਰੀਆ ਤੇ ਉਹਦੇ ਨਾਲ ਕਹਿੰਦੇ ਅਬਦੁਲ ਵਹਾਬ ਪਾਕਿਸਤਾਨ ਦੀ ਜਿਹੜੀ ਇਸ ਵੇਲੇ ਕੁੱਤੀ ਹੋ ਰਹੀ ਹੈ ਕਲਤਾਰ ਪਹਿਲਵਾਨ ਵੀ ਕਹਿੰਦੇ ਪੂਰਾ ਆਨੰਦ ਲੈਂਦਾ ਕੁਸ਼ਤੀ ਦਾ ਕਿਉਂਕਿ ਬੜਾ ਸ਼ੌਂਕ ਹੈ ਹਿੰਦੁਸਤਾਨ ਦੇ ਨਾਮੀ ਪਹਿਲਵਾਨ ਦੀ ਜਿੱਥੇ ਨਾਂ ਗੂੰਜਿਆ ਕਲਤਾਰ ਪਹਿਲਵਾਨ ਦਾ ਤਕੜਾ ਹੋਇਆ ਕਹਿੰਦੇ ਉੱਥੇ ਕਮਲਜੀਤ ਭਤੀਜਾ ਜਿਹੜਾ ਕਲਤਾਰ ਪਹਿਲਵਾਨ ਹੋਰਾਂ ਦਾ ਉੱਧਰ ਸਰਦਾਰ ਸਾਹਿਬ ਸਿੰਘ ਜੀ ਬਡਾਲੀ ਉਚੇਚੇ ਤੌਰ ਤੇ ਪੁੱਜ ਰਹੇ ਨੇ ਸਮੁੱਚੀ ਟੀਮ ਨੂੰ ਅਸੀਂ ਨਿੱਕੀ ਜੀ ਨੂੰ ਆਖਦੇ ਹੈ ਮਨਦੀਪ ਸਿੰਘ ਜੀ ਖਿਦਰਾਬਾਦ ਹੋਰਾਂ ਸਾਰੀ ਟੀਮ ਨੂੰ ਨਿੱਕੀ ਜੀ ਨੂੰ ਹਾਰਦਿਕ ਸਵਾਗਤ ਅਗਲੀ ਗੱਲ ਸੁਰਜੀਤ ਸਿੰਘ ਜੀ ਕਕਰਾਲੀ ਸਿੰਘ ਜੀ ਸਰਦਾਰ ਮੇਵਾ ਸਿੰਘ ਜੀ ਮਨਿਆਰੀ ਸਟੋਰ ਵਾਲੇ ਉਹਨਾਂ ਵੱਲੋਂ ਇਸ ਕੁਸ਼ਤੀ ਦੇ ਜੇਤੂ ਪਹਿਲਵਾਨ ਦੇ ਲਈ 500 ਰੁਪਏ ਪਹੁੰਚ ਗਿਆ ਸਾਡੇ ਕੋਲ ਇਧਰ ਬਹੁਤ ਹੀ ਸਤਿਕਾਰ ਜੋ ਸਰਦਾਰ ਸਾਹਿਬ ਸਿੰਘ ਜੀ ਬਡਾਲੀ ਉਚੇਚੇ ਤੌਰ ਤੇ ਸਰਦਰਮੈਨ ਪੁੱਜੇ ਨੇ ਸਰਦਾਰ ਰਵਿੰਦਰ ਸਿੰਘ ਜੀ ਜੋ ਕਿ ਭਾਣਜੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ ਸਾਹਿਬ ਦੇ ਉਹ ਵੀ ਉਚੇਚੇ ਤੌਰ ਤੇ ਸਰਦਰਮੈਨ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਦਾ ਵੀ ਅੱਜ ਦੇ ਸੰਗਲ ਦੇ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਇਸ ਕੁਸ਼ਤੀ ਦੇ ਜੇਤੂ ਲਈ ਸਰਦਾਰ ਮੇਵਾ ਸਿੰਘ ਜੀ ਸਰਦਾਰ ਮੇਵਾ ਸਿੰਘ ਉਹਨਾਂ ਵੱਲੋਂ 500 ਰੁਪਏ ਦੇ ਨਾਲ ਸਮਾਨ ਦਿੱਤੇ ਜਾਣੇ ਹੈ ਇੱਕ ਵਾਰੀ ਫਿਰ ਤੋਂ ਸਰਦਾਰ ਸਾਹਿਬ ਸਿੰਘ ਜੀ ਬਡਾਲੀ ਸਪੁੱਤਰ ਜਥੇਦਾਰ ਜਾਗਰ ਸਿੰਘ ਜੀ ਬਡਾਲੀ ਉਹਨਾਂ ਦੇ ਨਾਲ ਹੀ ਸਾਡੇ ਰਣਵੀਰ ਸਿੰਘ ਜੀ ਜੋ ਕਿ ਭਾਣਜਾ ਨੇ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ ਸਾਹਿਬ ਦੇ ਆ ਸਾਡਾ ਵੀ ਹੈਪੀ ਮੰਦੋ ਤੋਂ ਇਸੇ ਤਰ੍ਹਾਂ ਚੇਅਰਮੈਨ ਮਨਦੀਪ ਸਿੰਘ ਜੀ ਖੈਰਾਬਾਦ ਉਚੇਚੇ ਤੌਰ ਤੇ ਸਰਦਰਮੈਨ ਪਹੁੰਚੇ ਨੇ ਲਓ ਮੈਦਾਨ 'ਚ ਜਿਹੜੀ ਕੁਸ਼ਤੀ ਚੱਲਦੀ ਹੈ ਅਬਦੁਲ ਵਹਾਬ ਪਾਕਿਸਤਾਨ ਅੰਕੜੇ 2 ਬਿੱਲੂ ਦਾ ਅਜੇ ਤੱਕ ਕੋਈ ਪੁਆਇੰਟ ਨਹੀਂ ਹੋਇਆ ਮੈਦਾਨ ਦੇ ਵਿੱਚ 2-0
ਹੌਲੀ ਹੌਲੀ ਖਿਸਕਦਾ ਹੋਇਆ 500 ਸਰਦਾਰ ਮੇਵਾ ਸਿੰਘ ਜੀ ਮਨਿਆਰੀ ਵਾਲੇ ਉਹਨਾਂ ਵੱਲੋਂ ਚੇਤੂ ਨਹੀਂ ਬੁੱਧਾ ਹੋ ਗਿਆ ਹਾਲੇ ਤੱਕ ਕਹਿੰਦੇ ਅਬਦੁਲ ਦਾ ਹੈ ਪਰ ਵੇਖਦੇ ਕੀ ਜਿਹੜਾ ਮੁਕਾਬਲੇ ਦਾ ਰਿਜ਼ਲਟ ਹੋਏਗਾ ਗੱਲ ਸੁਰਜੀਤ ਸਿੰਘ ਜੀ ਕੱਕਰ ਵਾਲੀ ਬਾਤ ਇਸਤਾਰ ਜਿਹੋ ਐਸਐਚਓ ਸਰਦਾਰ ਮਨਦੀਪ ਸਿੰਘ ਜੀ ਉਹ ਵੀ ਚੇਚੇ ਤੌਰ ਤੇ ਸਰਦੇ ਨਾਲ ਪੁੱਜੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਚੰਨੀ ਸਾਡਾ ਵੀਰ ਕੰਸਾਲੇ ਤੋਂ ਪੰਜਾਬੀ ਟ੍ਰਿਬਿਊਨ ਤੋਂ ਉਹਨਾਂ ਨੂੰ ਵਿਜੇਆ ਆਖਦੇ ਹੈ ਉਧਰ ਕੁਸ਼ਤੀ ਬਾਤ ਤਕੜੀ ਹੋਈ ਤੇ ਕੁਲਜੀਤ ਸਿੰਘ ਜੀ ਗੱਲ ਕਰਨਗੇ ਇਸ ਇਹਨਾਂ ਪਹਿਲਵਾਨਾਂ ਦੀ ਲਓ ਮੈਦਾਨ ਦੇ ਵਿੱਚ 2-0 ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਇੱਕ ਪਾਸੇ ਅਬਦੁਲ ਬਹਾਬ ਪਰ ਚਿੱਟੇ ਰੰਗ ਦੇ ਗੋਟੇ 'ਚ ਬਿੱਲਾ ਕੋਹਲੀ ਵਾਲਾ ਇਹ ਤਰਨ ਤਰਨ ਸ਼ਹਿਰ ਦਾ ਜੰਪਲ ਸਰਦਾਰ ਰਾਣਾ ਸਿੰਘ ਜੀ ਹੋਰਾਂ ਦਾ ਸਪੁੱਤਰ ਮੈਦਾਨ ਦੇ ਵਿੱਚ ਨਿਰੰਤਰ ਕੋਸ਼ਿਸ਼ ਕਰਦਾ ਬਈ ਅੰਕ ਕਿਵੇਂ ਨਾ ਕਿਵੇਂ ਆਪਣੇ ਹਿੱਸੇ ਜੋੜਾ ਪਰ 3 ਮਿੰਟ ਦਾ ਸਮਾਂ ਘੜੀ ਹੌਲੀ ਹੌਲੀ ਜਿਹੜੀ ਸਮੇਂ ਦੀ ਖਿਸਕਦੀ ਜਾ ਰਹੀ ਹੈ ਇੱਕ ਵਾਰ ਤਾੜੀਆਂ ਨਾਲ ਦੇ ਬਿੱਲਾ ਕਹਿੰਦੇ ਚੜ ਦਿੱਤੇ ਲਹਿੰਦੇ ਪੰਜਾਬ ਦੀ ਗੱਲ ਹੋ ਰਹੀ ਹੈ ਚੜ ਦਿੱਤੇ ਲਹਿੰਦੇ ਪੰਜਾਬ ਦੀ ਗੱਲ ਹੋ ਰਹੀ ਹੈ ਮੈਦਾਨ ਦੇ ਵਿੱਚ ਸਮਾਂ ਹੌਲੀ ਹੌਲੀ ਖਿਸਕਦਾ ਹੋਇਆ ਹੌਲੀ ਹੌਲੀ ਖਿਸਕਦਾ ਹੋਇਆ ਪਰ ਪੁਆਇੰਟ ਨਹੀਂ ਹਾਲੇ ਹੋਇਆ ਪੁਆਇੰਟ ਹਾਲੇ ਨਹੀਂ ਹੋਇਆ ਹਾਲੇ ਕੋਈ ਵੀ ਪੁਆਇੰਟ ਨਹੀਂ ਹੋਇਆ ਸਮਾਂ ਸਮਾਂ